एक बेनती मैं होर कर दिया, जो कोई वीर सवाल करता है ना, हो सकता है कि वो सवाल नाल मेरी सहमति ना हो साडे जवाबां नाल उन्हां दी सहमति ना हो, कुदरती हो जाता है। पर आपां इन्नी कु बर्दाश्त शक्ति ते सहनशीलता रखनी है भी किते साडा विचारक मतभेद भी हो जाता है तो कोई गल नहीं, असीं उहनूं श्रवण करांगे। ऐसा आपां सिस्टम बना के रखना है, बड़ी साडे अंदर ये चीज़ चाहीदी है। तो इत्थे संगत वल्लों एक सवाल आया है अपने दीप सिद्धू वीर जी, मैं माइक ते तां बोलन लगा क्योंकि वीर बोले सी, संगत नूं आवाज़ नहीं आई। हाँ जी, वो सवाल ये आया वीर वल्लों भी किसान जथेबंदियां ने 26 तरीक है जी, 26 तरीक नूं दिल्ली जाण दी गल कीती है, ते वीर दा सवाल सी कि सानूं किसान भरावां दे नाल जाना चाहिए या तुहाडे मगर लगना चाहिए या इस प्रकार की गल है, तो इहदा मैं चाहांगा भी तुसीं जवाब जरूर दिओ। ਬਾਈ ਜੀ 26-27 ਨੂੰ ਆਪਾਂ ਨਾਲ ਹੀ ਜਾ ਰਹੇ ਹਾਂ ਉਹਨਾਂ ਦੇ, ਉਸੇ ਕੌਲ ਦਾ ਆਪਾਂ ਨੂੰ ਹਿੱਸਾ ਬਣਨਾ ਚਾਹੀਦਾ। ਉਹਦੀਆਂ ਦੋ ਤਿੰਨ ਉਹਦਾ ਕਾਰਨ ਹੈਗੇ ਆ। ਪਹਿਲਾ ਕਾਰਨ ਤਾਂ ਇਹ ਆ ਵੀ ਅਸੀਂ ਆਪਸ 'ਚ ਹੋ ਸਕਦਾ ਅੰਦਰੂਨੀ ਤੌਰ 'ਤੇ ਨਾ ਸਹਿਮਤ ਹੋਈਏ ਕਈ ਗੱਲਾਂ 'ਤੇ, ਪਰ ਮਕਸਦ ਤਾਂ ਸਾਡਾ ਦਿੱਲੀ ਨੂੰ ਝੁਕਾਉਣਾ ਹੀ ਆ ਨਾ। ਜੇ ਸਾਨੂੰ ਇਸ ਗੱਲ 'ਤੇ ਔਰ ਮਕਸਦ ਕੀ ਆ, ਸਰਕਾਰ 'ਤੇ ਪ੍ਰੈਸ਼ਰ ਪੁਆਇੰਟ ਬਿਲਡ ਕਰਨਾ। ਜੇ ਦਿੱਲੀ ਜਾ ਕੇ ਸਾਨੂੰ ਘੇਰਾ ਪਾਉਣ ਨੂੰ ਉੱਥੇ ਅਸੀਂ ਸਫਲ ਹੋ ਜਾਂਦੇ ਹਾਂ ਤਾਂ ਇੱਕ ਪ੍ਰੈਸ਼ਰ ਬਿਲਡ ਹੋਊਗਾ, ਅਤੇ ਪ੍ਰੈਸ਼ਰ ਬਿਲਡ ਕਰਨ ਦੇ ਵੱਖ ਵੱਖ ਢੰਗ ਹੁੰਦੇ ਆ, ਅਤੇ ਇਸ ਕਰਕੇ। ਔਰ ਦੂਜਾ, ਉਹਨਾਂ ਕੋਲ ਹਜੇ ਕੈਡਰ ਬਹੁਤ ਵੱਡਾ। ਮੈਂ ਮੰਨ ਲਓ ਇੱਕ ਕੌਲ ਦੇਤੀ, 5-10 ਹਜ਼ਾਰ ਬੰਦਾ ਇਕੱਠਾ ਹੋ ਜਾਊਗਾ, ਪਰ ਉਹਨਾਂ ਕੋਲ ਬਹੁਤ ਵੱਡਾ ਕੈਡਰ ਆ, ਲੱਖਾਂ ਦਾ ਕੈਡਰ ਆ। ਅਤੇ ਜੇ ਉਨੇ ਬੰਦੇ ਕੌਲ, ਇਹ ਆ ਵੀ ਸਭ ਚੱਲੋ ਦਿੱਲੀ, ਚੱਕ ਲਓ ਬੋਰੀਆ ਬਿਸਤਰਾ ਅਤੇ ਕੱਪੜੇ, ਅਤੇ ਆਪਾਂ ਨੂੰ ਜਦੋਂ ਦਿੱਲੀ 'ਤੇ ਜਾਂ ਸਰਕਾਰ 'ਤੇ ਪ੍ਰੈਸ਼ਰ ਬਿਲਡ ਕਰਨਾ ਤਾਂ ਉਸ ਕੌਲ ਦਾ ਸਾਥ ਦੇਣਾ ਚਾਹੀਦਾ।